ਆਸ ਓਏ ਰਹਿ ਕਿਧਰ ਇਧਰ ਆ ਨਾ ਦੁੜੁਨਿਆ ਗਿਆ ਬੰਤ ਮੇਰੀ ਨਾ ਬੜੀ ਮੈਂ ਦੱਸ ਦੇਵਾਂ ਲੱਗਣਾ ਨਹੀਂ ਰੇਖਾ ਆਇਆ ਹੈ ਓਏ ਮੇਰਾ ਯਾਰ ਆਈ ਮੁਬਾਰਕ ਮੇਰਾ ਜਿਗਰ ਗੁਜ਼ਸ਼ਤਾ ਈਦ ਮੁਬਾਰਕ ਮੁਬਾਰਕ ਕੁਥੇ ਉੱਪਰ ਆ ਨਾ ਤੂੰ ਥੱਲੇ ਆ ਨਾ ਚਾਸ਼ਾ ਬਲਾਈ ਅੱਜਾ ਲੋਕਾਂ ਨੇ ਯਾਰ ਮਿਲਨੇ ਸੀਨੇ 'ਚ ਠੰਡ ਪੈਣੀ ਮਾ ਯਾਰ ਮਿਲਣਾ ਤੂੰ ਨਹੀਂ ਖਾਰਜ ਹੋਣਾ ਇਤਨਾ ਬੇਵਕੂਫ ਆਦਮੀ ਹੈ ਹਰ ਜਗ੍ਹਾ ਬਲੰਡਰ ਕਰਨਾ ਕੱਲ ਅਸਾਂ ਗਏ ਦੋਏ ਜਨਾਜ਼ਾ ਪੜਨ ਉਹਨਾਂ ਜਨਾਜ਼ਾ ਚ ਆਇਆ ਤੇ ਆਖਣੇ ਕਲਮਾ ਸ਼ਹਾਦਤ ਇਹ ਆਖਣਾ ਜ਼ਿੰਦਾਬਾਦ ਚਲੋ ਅਸਾਂ ਜਵਾਨ ਜਵਾਨ ਆ ਕਾਲ ਕਲਾਮ ਮਰਸਾ ਲੋਕ ਜਨਾਜ਼ੇ ਹੀ ਕੰਧਾ ਦੇ ਸੁਣਾ ਸੁਣਾ ਸ਼ਦ ਵੱਲਾ ਇਲਾਹ ਇਹ ਮਰਸੀ ਇੱਕ ਸ਼ਾਪਰ ਹੀ ਬਾਦਣਾ ਸੁਣ ਇਹ ਹੋ ਗਿਆ ਹੀ ਹੋਏ ਤੱਕ ਪੁੱਤਰ ਮੈਂ ਤੁਕੀ ਟੰਗਿਆ ਕੁਥੇ ਆ ਟੈਕਸਲੇ ਨੇ ਚੌਕ ਵਿੱਚ ਸੈਰ ਕਰਨ ਦੀ ਅਸਾਂ ਸੈਰ ਕਰਨ ਕਸ਼ਮੀਰ ਬੜੀ ਫਿਰੇ ਠੁਰੇ ਆ ਸੈਰ ਕਰਨੇ ਕਰਨੇ ਹੋ ਇਹ ਬਾਰਡਰ ਕ੍ਰਾਸ ਕਰਕੇ ਇੰਡੀਆ ਚਲਾ ਗਿਆ ਹਿੰਦੂ ਨੇ ਪਕੜ ਲਿਆ ਹਿੰਦੂ ਵਾਲੇ ਦੱਸ ਹੋਏ ਹਿੰਦੂ ਹੈ ਜਾਂ ਮੁਸਲਮਾਨ ਇਹ ਆਖਣਾ ਜੀ ਲਾ ਇਲਾਹਾ ਇਲਲਾ ਮੁਹੰਮਦ ਰਸੂਲੱਲਾ ਮੈਂ ਹਿੰਦੂ ਹਾਂ ਉਹਨਾਂ ਕਹੇ ਹਿੰਦੂਆਂ ਦੇ ਸਾਨੇ ਪੰਜ ਭਗਵਾਨਾਂ ਨੇ ਨਾਂ ਦੱਸ ਇਹ ਆਖਣਾ ਯਸੂ ਪੰਜਵਾਰ ਬੁੱਤੀਆਂ ਰੋਡ ਨੇ ਕਿਨਾਰੇ ਲੱਗੀਆਂ ਹੋਣੀਆਂ ਅਪਰ ਲਿਖਿਆ ਹੋਣਾ ਟੈਕਸ ਲਾ 2 ਕਿਲੋਮੀਟਰ ਥੋੜਾ ਜੋਰ ਅਗਲਾ ਛੋ ਇਹ ਕੀ ਬੁੱਤੀਆਂ ਲੱਗੀਆਂ ਹੋਣੀਆਂ ਅਪਰ ਲਿਖਿਆ ਹੋਣਾ ਆਗੇ ਕਾਮ ਹੋ ਰਹਾ ਹੈ ਅੱਲਾ ਥੋੜੇ ਜਿਹੇ ਹੋਰ ਅੱਗੇ ਦੇਖੋ ਤਾਂ ਕਿਹਾ ਭਈਆ ਜੀ ਬੁੱਤੀ ਲੱਗੀ ਹੋਣੀ ਲਿਖਿਆ ਹੋਣਾ ਕਬਰਿਸਤਾਨ 3 ਕਿਲੋਮੀਟਰ ਜਾਓ ਨਾ ਏਅਰਪੋਰਟ ਇਸਨੀ ਫੋਟੋ ਲੱਗੀ ਹੋਣੀ ਬਾਥਰੂਮ ਦੇ ਬਾਹਰ ਥੱਲਾ ਲਿਖਿਆ ਨਾ ਬਾਥਰੂਮ ਇਸ ਤਰਫ ਹੈ ਤੁਹਾਡੀ ਉਮਰ ਨੀ ਰਹੀ ਤੁਹਾਡੀ ਕਿਹੜੀ ਕਬੂਤਰੀ ਉਡਰੀ ਗਈ ਹੁਣ ਨਾ ਮਾਰਿਆ ਅਗਾ ਇਹ ਮਾਰਨਾ ਹੁਣ ਤਾਂ ਹੁਣ ਸਿਰਫ ਫੂਕ ਰਹੇਗੀ ਕੀ ਹੋਏ ਉਹ ਬਜਣੀ ਹੋ ਤੇਰੀ ਦੇ ਬਤਾ ਦੀ ਕਿਸਮੇ ਹੁਣ ਚਲੋ ਸਾਡੇ ਗੱਡੀ ਵਿੱਚ ਲੱਗੇ ਆ ਨਾ ਗੱਡੀ ਦਾ ਏਅਰਕੰਡੀਸ਼ਨ ਚੱਲਣਾ ਠੰਡੀ ਹਵਾ ਲੱਗਣੀ ਇਹੋ ਜਿਹੇ ਕੁੱਤੇ ਜਾਓ ਨਾ ਟੈਕਸ ਲੈ ਕਸਾਈਏ ਨੇ ਫਟੇ ਥੱਲੇ ਬੜੇ ਹੋਣੇ ਨੇ ਕਸਾਈਏ ਤਾਂ ਤੱਕਣੇ ਨੂੰ ਪਤਾ ਨੀ ਛਿੱਛੜਾ ਸੱਟ ਸੀ ਨਾ ਸੱਟ ਸੀ ਤੱਕਣੇ ਕਿਸ ਤਰ੍ਹਾਂ ਪੁੱਤਰ ਨੇ ਕਰਾਈ ਤੇ ਮੈਂ ਐਕਵਾਰੀ ਕਰਨਾ ਐਕਵਾਰੀ ਬਸਵੀ ਜੀ ਨੇ ਕਰੀ ਕਰ ਸਹੀ ਕੁੱਤਾ ਲੱਗਣਾ ਹੈ ਨਾ ਇਹ ਆ ਜੇ ਤੂੰ ਕੱਟੇ ਕੁੱਤੇ ਹੋਣੇ ਆਪਣੀ ਪੁੱਛਣ ਦੀ ਆਪ ਕੋਈ ਭੌਂਕਣੇ ਹੋਣੇ ਆ ਇਹ ਰਾਤੀ ਸੁੱਤਾ ਛੱਤਿਆ ਪਰ ਇਸਕੀ ਮੱਛਰ ਲੜਨ ਲਾਇਆ ਮੱਛਰ ਕਰਨਾ ਇਸਕੀ ਤੱਕੀ ਕਿਆ ਹੋਣਾ ਅੱਬਾ ਤੂੰ ਚੰਨੇ ਵੀ ਠੀਕ ਹੈ ਬੜੇ ਅੱਛੇ ਦੋਸਤ ਨੇ ਮੇਰੇ ਮਾਸ਼ਾਅੱਲਾਹ ਕਿਆ ਹੋ ਰਿਹਾ ਇਹ ਫਿਤਨਾ ਮੈਂ ਕਿਹੜਾ ਫਿਤਨਾ ਕੀਤਾ ਵੇ ਤੂੰ ਆਪ ਫਿਤਨੇ ਜਿਤਨਾ ਹੈ ਵੇ ਆ ਤੂੰ ਸਭ ਫਿਤਨਾ ਭਰਾ ਭਰਾ ਨੇ ਲੜਾਈ ਛੋੜਨੀ ਹੈ ਪਿਓ ਪੁੱਤ ਨੇ ਲੜਾਈ ਛੋੜਨੀ ਆ
ਹਿਟਲਰ ਆਏ ਹਕੂਮਤ ਸਿਰ ਪੱਤੇ ਤੇ ਚਾਲੇ ਆਏ 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 ਟੈਂਕੀ ਨੀ ਪੂਰਾ ਟੈਂਕਰ ਹੈ ਜਿਸ ਤਰ੍ਹਾਂ ਮਾਝ ਖੁਰਲੀ ਮੇ ਖਲ ਖਾਤੀ ਹੈ ਪਾਕਿਸਤਾਨੀ ਜਿੱਧਰ ਲਾਓ ਲਗੀ ਕੌਣ ਹੈ ਖੜੀ ਹੋ ਮੈਨੇ ਤੁਮਹਾਰੇ ਲਈ ਇਸ ਲਈ ਛੇ ਕਲਮੇ ਬਣਾਏ ਥੇ ਭਈਆ ਜਾਓ ਮੈਂ ਤੁਮੇ ਤਲਾਕ ਦੇਤਾ ਹੂੰ ਮੈਂ ਤੁਮਸੇ ਸ਼ਾਦੀ ਕਰਤਾ ਹੂੰ ਔਰ ਡਰ ਮਤ ਜੀਨਾ ਮੈਂ ਤੁਮੇ ਤਲਾਕ ਦੇਤਾ ਹੂੰ ਉਠਾਓ ਜੀ ਆਪਣੀ ਗੰਦੀ ਔਲਾਦ ਔਰ ਚਲੀ ਜਾਓ ਯਹਾਂ ਸੇ ਓਏ 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 ਮਾਸੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਲ ਓਏ ਮੈਂ ਪਤਾ ਉਸ ਦੀ ਕਿਹੜੀ ਗੰਦੀ ਦਾਦ ਹੈ ਹਾਜੀ ਸਾਹਿਬ ਨੂੰ ਤੁਹਾਡਾ ਪੁੱਤਰ ਹਾਜੀ ਸਾਹਿਬ ਹੱਸਣੇ ਨਾਲ ਢਿੱਡ ਵੀ ਹਾਜੀ ਸਾਹਿਬ ਵਹਿਦਤ ਕਾਨੂੰਨ ਨੂੰ ਜਾਣੇ ਆਪਣੀ ਗਲੀ ਮੁੜਨੇ ਪਹਿਲਾਂ ਢਿੱਡ ਮੋੜਨਾ ਨੇ ਠੀਕ ਹੈ ਅੱਲਾ ਮਾਫ ਕਰੇ ਜਿਸ ਮੰਜੀ ਥਲੇ ਉਸੀ ਉਹ ਮੰਜੀ ਵੀ ਨਹੀਂ ਹੋਤੀ ਪਾਕਿਸਤਾਨੀ ਬੰਦੇ ਤੈਨੂੰ ਢਿੱਡ ਕੱਢਣੇ ਆਪਣੇ ਦੰਦ ਕੱਢਣੇ ਹਾਜੀ ਸਾਹਿਬ ਬੜੇ ਪੁਰਾਣੇ ਯਾਰ ਨੇ ਸਾਡੇ ਮਾਸ਼ਾਅੱਲਾ ਬੜੇ ਹਾਜੀ ਸਾਹਿਬ ਵਾਸਤੇ ਭਰਪੂਰ ਕਲੈਪ ਹੋਣੀ ਚਾਹੀਦੀ ਹਾਜੀ ਸਾਹਿਬ ਮਸਤੀ ਹੈ ਮਰਹੂਮ
हाँ शायरी में तखल्लुस मरहूम है बिल्कुल। अच्छा जी हम सरदार पुरचंदुल साहब आपका बहुत बहुत शुक्रिया अदा करते हैं, सब डेरा डेरा मनना हाजी सलीम का तरफ ना, आप वो कह रहे हैं मैं हाजी सलीम को नहीं जानता। तो पश्तो बोली मारा भी दिल करना, मैं भी पश्तो बोलो बोलो बोलो। ए दिने क्या जमा सर तस्वीर उबा सा आप मतलब पुख्तो दी जा करे ना जवाब ना दे तू क्या हां झुकवा सो मैंने कहा अपने मतलब की पश्तो सीखी नहीं है। ए बल बला पास सुखाता टोपक बला सुखाता मुरी नारे की चुपुर तो की पटेदार दे ये तो को गिटका जैसा ना यार दे मैंने पिते की तरी मस्त मलंग चकी तई डाडा दिल तंग चकी तई ओए सुन ना पछतो ओए मस्त मलंग दे कम तेरा दे तंग दे कम प्रेदा लाल यादम लसमिने तो बा तो बा वो जमा तो बा तो बा वे कोठे ते खलो ये तेरी खिंच की ना तस्वीर अल्लाह करे जरा खबे पासे खलो ता मर जाए खलदीर मर वास बांध का। ठीक है जी बहुत बहुत शुक्रिया, इंशाल्लाह फिर हाजिर होंगे पाकिस्तान।